यार फुल गई की हो, ये हर कदे पुछते। दिन दीवी शाम ढल गई की हो, दिनां च वी आपां नूं शाम ही लगती है। देव अते दानव हथ विच पाई फिरदे, साधा नाल सियासत रल गई की हो। जदों साधा दे नाल सियासतां रल जाण, कतल पंजाब च हुंदे आ। पंजाब पुलिस जिहड़ी आ क्लूलैस आ, दिल्ली पुलिस रातों रात बंदे चक लैंदी। कमांड ऑफ यूनाइटेड नेशन ह्यूमन राइट्स काउंसिल, उत्थे इंडिया स्पैसिफिक जिहड़े मुद्दे आ वो इस थर्सडे तो विचारे जा रहे हैं। जिस तरह की सियासत खास करके 2014 तो बाद इंडिया उभरी आ, जिहड़ी गुजरात की मुस्लिम कार ने शुरू हुई सी 2002 च, उहने चंदर सिंह रौली, वो पहले इन्हां दे मिनिस्टर भी रहे गुजरात गवर्नमेंट, वो कौन आ शख्स, वो पांच बारी पहले MLA बन चुके हैं। तो जे पंजाब की असी गल करिए, पंजाब दे विच जो राजनीतिक बदलाव आ रहे हैं तो धार्मिक जिहड़ियां आवाज़ां उठ रही हैं पंजाब, क्योंकि पिछले दिनी सुधीर सूरी का कतल होया, उस कतल नूं इंडिविजुअल कतल दे नाल नहीं देखा गया, हिंदू वर्सेस सिख बनाया गया उन्हों, तो वो की कौन बना रहा है इस नैरेटिव नूं, ते किहदा फायदा हो रहा है सब तो वड्डी गल। मेरा ख्याल जिहड़ा ना जिहड़ी पोलिटिकल क्लास आ उह इह नैरेटिव बुन रही है। इत्थे कुछ चंद बंदे उठदे आ, वह सोच लैंदे कि असी ही हुण रखवाले आ कौम दे, जां असी किसी धर्म दे, उहदा फिर उह सहारा लैण लई भड़काट पैदा करदे सोसाइटी च। उहनां नूं गवर्नमेंट्स ते पोलिटिकल पार्टी शह दिंदी आ। ਇਹ ਹੁਣ ਉੱਥੇ ਜਨੇਵਾ ਵਿੱਚ ਵੀ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕੌਂਸਲ ਵਿੱਚ ਵੀ ਵਿਚਾਰਿਆ ਜਾ ਰਿਹਾ, ਜਿਹ 'ਚ ਇੰਡੀਆ ਨੂੰ ਸਪੈਸੀਫਿਕਲੀ ਪਿੰਨ ਪੁਆਇੰਟ ਕੀਤਾ। ਉਹਨਾਂ ਦਾ ਗਵਰਨਮੈਂਟਸ ਕੀ ਕਰ ਰਹੀਆਂ ਨੇ ਇੱਥੇ, ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਉਹਨਾਂ ਨੂੰ ਸਟੇਟ ਦੇ ਖਰਚ 'ਤੇ ਉਹਨਾਂ ਨੂੰ ਬੁਲਟ ਪਰੂਫ ਜੈਕਟਸ ਦੇ ਰਹੀਆਂ ਨੇ, ਫਿਰ ਉਸ ਵਰਤਾਰੇ ਨੂੰ ਪਬਲਿਸਾਈਜ਼ ਕਰਕੇ ਇੱਕ ਤਰ੍ਹਾਂ ਦੀ ਗਲੋਰੀਫਿਕੇਸ਼ਨ ਦਿੱਤੀ ਜਾ ਰਹੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦਾ ਵੀ ਇਹਨਾਂ ਵੱਲੋਂ ਇਹਨਾਂ ਨੇ ਕੌਸ਼ਨ ਕੀਤਾ ਗਿਆ, ਵਾਰਨਿੰਗ ਦਿੱਤੀ ਗਈ ਹੈ ਕਿ ਜੇ ਤੁਸੀਂ ਮੈਨੇਜ ਆਪਣੇ ਇਕੋਨਮੀ ਨੂੰ ਐਂ ਮੈਨੇਜ ਕਰਦੇ ਰਹੇ ਤਾਂ ਕੋਈ ਤੁਹਾਨੂੰ ਅੱਗੇ ਤੋਂ ਕਰਜ਼ੇ ਮਿਲਣੇ ਵੀ ਬੰਦ ਹੋ ਜਾਣਗੇ। ਇਹਨਾਂ ਇਸ਼ੂਜ਼ ਨੂੰ ਕਲਾਊਡ ਕਰਨ ਲਈ ਇੱਥੇ ਸੂਰੀ ਵਰਗੇ ਵਰਤਾਰੇ ਜਾਂ ਬਾਕੀ ਦੂਜਿਆਂ ਕੌਮਾਂ 'ਚ ਵੀ ਇਸ ਤਰ੍ਹਾਂ ਦੇ ਸੈਲਫ ਕਸਟੋਡੀਅਨਸ ਖੜ੍ਹੇ ਕੀਤੇ ਜਾ ਰਹੇ, ਫਿਰ ਉਹਨਾਂ ਨੂੰ ਗਲੋਰੀਫਾਈ ਕੀਤਾ ਜਾਂਦਾ, ਮੀਡੀਆ ਦਾ ਬੈਕਅਪ ਕੀਤਾ ਜਾਂਦਾ ਹੈਗਾ, ਤਾਂ ਕਿ ਲੋਕ ਉਹ ਸਬਕੌਂਸ਼ੀਅਸਲੀ ਉਹਨਾਂ ਦੇ ਨੈਰੇਟਿਵ ਦੇ ਵਿੱਚ ਹੀ ਬੁਣੇ ਰਹਿਣ ਜੋ ਐਡਵਰਡ ਬਾਰਨਿਕਸ ਕਹਿ ਰਿਹਾ ਸੀ। ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਸੀ, ਉਹਨੂੰ ਅਸੀਂ ਟੁੱਟਣ ਨਹੀਂ ਦੇਣਾ, ਅਤੇ ਕਿਤੇ ਨਾ ਕਿਤੇ ਅੰਮ੍ਰਿਤਪਾਲ ਦੇ ਬਿਆਨਾਂ ਦੇ ਵਿੱਚ ਉਹਦੇ ਬੋਲਾਂ ਦੇ ਵਿੱਚ ਵੀ ਥੋੜ੍ਹਾ ਬਦਲ ਦਿਖ ਰਿਹਾ, ਥੋੜ੍ਹਾ ਬਦਲਾਵ ਦਿਖ ਰਿਹਾ ਕਿ ਉਹ ਕਿਹੜੇ ਤਰੀਕੇ ਨਾਲ ਅੱਗੇ ਰਾਜਨੀਤੀ ਦੇ ਵਿੱਚ ਆ ਸਕਦੇ ਨੇ ਜਾਂ ਰਾਜਨੀਤੀ ਦੇ ਨੇੜੇ ਹੋ ਸਕਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬ ਦੀ ਨੌਜਵਾਨੀ ਦੀ, ਪੰਜਾਬ ਦੇ ਭਵਿੱਖ ਦੀ, ਅਤੇ ਇਸੇ ਸਿਲਸਿਲੇ ਵਿੱਚ ਅੱਜ ਫਿਰ ਸਾਡੇ ਨਾਲ ਮੌਜੂਦ ਨੇ ਰਣਜੀਤ ਸਿੰਘ ਕੁੱਕੀਗਲ ਜੀ, ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਸੋ ਮੱਚ, ਗੁੱਡ ਟੂ ਬੀ ਵਿਦ ਯੂ। ਸਰ, ਪੰਜਾਬ ਦੇ ਵਿੱਚ ਜੋ ਸਿਨਾਰੀਓ ਚੱਲ ਰਿਹਾ ਅੱਜ ਕੱਲ੍ਹ, ਜਿਵੇਂ ਕਤਲੋ ਗਾਰਤ ਹੋ ਰਿਹਾ, ਲਗਾਤਾਰ ਅਸੀਂ ਦੇਖਿਆ ਕਿ ਇੱਕ ਹਫ਼ਤੇ ਦੇ ਵਿੱਚ ਦੋ ਕਤਲ ਹੋ ਗਏ, ਅਤੇ ਪੰਜਾਬ ਦੇ ਵਿੱਚ ਇੱਕ ਡਰ ਦਾ, ਭੈ ਦਾ ਮਾਹੌਲ ਬਣਿਆ ਹੋਇਆ, ਇਹਨੂੰ ਕਿਵੇਂ ਦੇਖਦੇ ਹੋ? ਇਸ ਟਾਈਮ 'ਤੇ ਜੋ ਪ੍ਰੈਜੈਂਟ ਸਿਚੁਏਸ਼ਨ ਆ ਨਾ ਪੰਜਾਬ 'ਚ, ਇਹ ਬੜੀ ਫਲੂਇਡ ਆ, ਮਤਲਬ ਕਿ ਉਹਦੇ ਵਿੱਚ ਕੋਈ ਕਲੈਰਿਟੀ ਨਹੀਂ ਸਾਹਮਣੇ ਆ ਰਹੀ। ਜਿਹੜੀ ਅੱਠ ਮਹੀਨਿਆਂ ਤੋਂ ਸਰਕਾਰ ਜਿਹੜੀ ਵਿਚਰ ਰਹੀ ਆ ਪੰਜਾਬ 'ਚ, ਉਹ ਮੇਰਾ ਖਿਆਲ ਹਜੇ ਗਵਰਨੈਂਸ ਦੇ ਵੇ ਹੀ ਨਹੀਂ ਸਿੱਖ ਸਕੀ ਕਿ ਹਾਊ ਟੂ ਗਵਰਨ। ਉਹਦੇ ਵਿੱਚ ਜਿਹੜਾ ਹੋਰ ਸੰਦਰਭ ਚੱਲ ਰਿਹਾ ਹੈਗਾ ਉਹ ਹੈਗਾ ਕਿ ਵੇਲ ਜੁਰਮ ਦੀ ਯਾਰ ਫੁੱਲ ਗਈ, ਵੇਲ ਜੁਰਮ ਦੀ ਯਾਰ ਫੁੱਲ ਗਈ ਕੀ ਹੋਊ, ਇਹ ਹਰ ਇੱਕ ਅੱਗੇ ਪੁੱਛਦਾ। ਦਿਨ ਦੀਵੀ ਸ਼ਾਮ ਢਲ ਗਈ ਕੀ ਹੋਊ, ਦਿਨਾਂ 'ਚ ਵੀ ਆਪਾਂ ਨੂੰ ਸ਼ਾਮ ਹੀ ਲੱਗਦੀ ਆ। ਦੇਵ ਅਤੇ ਦਾਨਵ ਹੱਥ ਵਿੱਚ ਹੱਥ ਪਾਈ ਫਿਰਦੇ, ਦੇਵ ਅਤੇ ਦਾਨਵ ਹੱਥ ਵਿੱਚ ਪਾਈ ਫਿਰਦੇ, ਸਾਧਾਂ ਨਾਲ ਸਿਆਸਤ ਰਲ ਗਈ ਕੀ ਹੋਊ। ਜਦੋਂ ਸਾਧਾਂ ਦੇ ਨਾਲ ਸਿਆਸਤਾਂ ਰਲ ਜਾਣ, ਇੱਕ ਪਾਸੇ ਆਪਾਂ ਦੇਖ ਰਹੇ ਹਾਂ ਕਿ ਸਰਸੇ ਵਾਲਾ ਇੱਕ ਕਨਵਿਕਟਿਡ ਰੇਪਿਸਟ, ਮਰਡਰਰ ਕਨਵਿਕਸ਼ਨਸ ਨੇ, ਲੰਮੀ 20 ਸਾਲ ਦੀ ਸਜ਼ਾ ਹੋਈ, ਉਹਨੂੰ ਕਿਸ ਤਰ੍ਹਾਂ
ਰਾਇਤਾਂ ਦਿੱਤੀਆਂ ਜਾ ਰਹੀਆਂ ਨੇ, ਖੁੱਲ੍ਹ ਦਿੱਤੀ ਜਾ ਰਹੀ ਹੈ ਜਿੱਥੇ ਉਹ ਬਹਿ ਕੇ ਉਹ ਪ੍ਰਵਚਨ ਕਰੇ, ਅਤੇ ਜਿਹੜੇ ਸਿਆਸਤ ਵਾਲੇ ਉਹਦੇ ਅੱਗੇ ਉਹ ਸਾਧ ਅੱਗੇ ਜਾ ਕੇ ਗੋਡੇ ਟੇਕਣ, ਅਤੇ ਲੋਕਾਂ ਨੂੰ ਸਿੱਖ ਕੌਮ ਵਿੱਚ ਕਿੱਦਾਂ ਦਾ ਖਲਾਅ ਆ ਗਿਆ ਕਿ ਇੱਥੇ ਆਪਣੇ ਪਹਾੜੇ ਦੇ ਮਤਲਬ ਕਿ ਬਛਿੰਦੇ ਖਰੀਦ ਕੇ ਤੁਸੀਂ ਜਿਹੜੇ ਸਿੱਖਾਂ ਦੇ ਦਰ ਦਾ ਉਹਨਾਂ ਦਾ ਕਤਲ ਕਰਵਾ ਰਹੇ ਹੋ, ਕੀ ਸਿੱਖ ਕੌਮ ਇੰਨੀ ਥੱਲੇ ਚਲੀ? ਬਿਲਕੁਲ, ਅਸੀਂ ਜਦੋਂ ਦੇਖਦੇ ਹਾਂ ਜਿਹੜੇ ਗੈਂਗਸਟਰ ਨੇ ਇੱਕ ਕਤਲ ਦਾ ਇਲਜ਼ਾਮ ਆਪਣੇ ਸਿਰ ਲਿਆ, ਜ਼ਿੰਮੇਦਾਰੀ ਲਈ ਹੈ, ਪ੍ਰਦੀਪ ਸਿੰਘ ਦਾ ਕਤਲ ਹੋਇਆ ਜਿਹੜਾ ਡੇਰਾ ਪ੍ਰੇਮੀ, ਅਤੇ ਉਸੇ ਗੈਂਗਸਟਰ ਨੇ ਕੁਛ ਟਾਈਮ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਦੀ ਜ਼ਿੰਮੇਵਾਰੀ ਲਈ ਸੀ, ਅਤੇ ਉਦੋਂ ਪੂਰਾ ਪੰਜਾਬ, ਈਵਨ ਕੋਈ ਵੀ ਪੰਜਾਬੀ ਸੀ ਦੁਨੀਆ 'ਚ ਕਿਤੇ ਵੀ ਆ, ਉਹਨਾਂ ਨੇ ਉਹਦੀ ਖਿਲਾਫਤ ਕੀਤੀ। ਅਤੇ ਕੀ ਇਹ ਵੀ ਹੈ ਕਿ ਉਹ ਗੈਂਗਸਟਰ ਆਪਣੀ ਇਮੇਜ ਨੂੰ ਠੀਕ ਕਰਨ ਲਈ ਕਰ ਰਿਹਾ, ਜਾਂ ਸਰਕਾਰਾਂ ਕਰਵਾ ਰਹੀਆਂ, ਜਾਂ ਕੋਈ ਹੋਰ ਏਜੰਸੀ ਕਰਵਾ ਰਹੀ ਹੈ, ਕੌਣ ਕਰਵਾ ਰਿਹਾ ਇਹ ਜਿਹੜਾ ਹੈਗਾ ਨਾ ਵਰਤਾਰਾ ਲੈਜੀਟੀਮੈਸੀ ਲੈਣ ਦਾ, ਜਾਂ ਐਕਸਟਰਾ ਕਨਸਟੀਟਿਊਸ਼ਨਲ ਪਾਵਰਸ ਜਿਹੜੀਆਂ ਪਲੇ ਕਰ ਰਹੀਆਂ ਨੇ ਪੰਜਾਬ 'ਚ, ਕਤਲ ਪੰਜਾਬ 'ਚ ਹੁੰਦੇ ਆ, ਪੰਜਾਬ ਪੁਲਿਸ ਜਿਹੜੀ ਆ ਕਲੂਲੈਸ ਆ, ਦਿੱਲੀ ਪੁਲਿਸ ਰਾਤੋ ਰਾਤ ਬੰਦੇ ਚੱਕ ਲੈਂਦੀ ਆ, ਉਹਨਾਂ ਨੂੰ ਫਰਵਰੀ 'ਚ ਵੀ ਪਤਾ ਲੱਗ ਜਾਂਦਾ ਕਿ ਮਈ 'ਚ ਕਿਹਦਾ ਕਤਲ ਹੋਣਾ, ਪਰ ਪੰਜਾਬ ਪੁਲਿਸ ਨੂੰ ਤਾਂ ਵੀ ਜਾਂ ਤਾਂ ਉਹ ਇੰਟੈਲੀਜੈਂਸ ਸ਼ੇਅਰ ਨਹੀਂ ਕਰਦੇ, ਜਾਂ ਜਿਹੜੀ ਇੰਡੀਅਨ ਸਟੇਟ ਆ ਉਹ ਨੋਇੰਗਲੀ ਪੰਜਾਬ ਦਾ ਰੁੱਖ ਬਦਲਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਇੱਥੇ ਵੀ ਕਸ਼ਮੀਰ ਵਰਗੇ ਹਾਲਾਤ ਪੈਦਾ ਕਰਕੇ, ਇਹ ਵੀ ਜਿਹੜਾ ਸੂਬੇ ਦਾ ਕਿੰਨੇ ਲੰਮੇ ਚਿਰ ਤੋਂ ਪ੍ਰੋਬਲਮ ਆ ਰਹੀ ਆ, ਇਹਨੂੰ ਫਰ ਗੁੱਡ ਖਤਮ ਕਰਕੇ ਇਹਦੀ ਯੂਨੀਅਨ ਟੈਰੀਟਰੀ ਦੇ ਵਿੱਚ ਬਦਲ ਦੇਣ। ਜਦੋਂ ਇਸ ਤਰ੍ਹਾਂ ਦੀ ਕੰਪਲੈਕਸ ਪੋਲੀਟੀਕਲ ਇਕੁਏਸ਼ਨਸ ਚੱਲ ਰਹੀਆਂ ਹੋਣ, ਜਦੋਂ ਸਾਧ ਅਤੇ ਸਿਆਸਤਾਂ ਆਪਸ 'ਚ ਰਲ ਜਾਣ, ਤਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਕਨਫਿਊਜ਼ਨ ਆ ਉਹ ਆਮ ਲੋਕਾਂ ਦੇ ਮਨਾਂ 'ਚ ਉੱਠਣੀ ਸੁਭਾਵਿਕ ਆ। ਅਤੇ ਜਿਵੇਂ ਤੁਸੀਂ ਸਾਧ ਅਤੇ ਸਿਆਸਤ ਦੀ ਗੱਲ ਕਰਦੇ ਹੋ, ਤਾਂ ਡੇਰਾ ਮੁਖੀ ਨੂੰ ਰਿਆਇਤ ਦੇਣੀ, ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਕੱਢਣਾ ਅਤੇ ਉਹਨਾਂ ਦੀਆਂ ਸਤਸੰਗਾਂ ਲੱਗਣੀਆਂ, ਅਤੇ ਦੂਜੇ ਪਾਸੇ ਇਹ ਕਤਲ ਹੋਣਾ, ਇਹ ਸਾਰੇ ਨੂੰ ਜੋੜ ਕੇ ਦੇਖਿਆ ਜਾ ਰਿਹਾ? ਮੇਰਾ ਖਿਆਲ ਤਾਂ ਬੜਾ ਡਾਇਰੈਕਟ ਕੋਰਲੇਸ਼ਨ ਲੱਗਦਾ, ਜੇ ਆਪਾਂ ਸਰਫੇਸ 'ਤੇ ਦੇਖੀਏ, ਥੱਲੇ ਆਪਾਂ ਨਾ ਉਤਰੀਏ, ਆਪਾਂ ਦੂਜੇ ਪਾਸੇ ਦੇਖ ਰਹੇ ਵੀ ਕਦੀ ਅੱਜ ਤੱਕ 75 ਈਅਰ 'ਚ ਮੈਂ ਕਹਿੰਦਾ ਬੜਾ ਰੇਅਰ ਇੰਸਟੈਂਸ ਹੋਊਗਾ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੱਕ ਡੇਰੇ ਦੇ ਸਾਧ ਨੂੰ ਮਿਲਣ ਗਿਆ ਹੋਇਆ, ਜਿਵੇਂ ਆਪਾਂ ਡੇਰਾ ਬਿਆਸ 'ਚ ਦੇਖਿਆ, ਉਹ ਕਿਸ ਹੈਸੀਅਤ 'ਚ ਗਏ ਨੇ, ਐਜ਼ ਇੰਡੀਵਿਜੁਅਲ ਗਏ ਨੇ ਕਿ ਐਜ਼ ਏ ਪ੍ਰਾਈਮ ਮਿਨਿਸਟਰ ਗਏ ਨੇ? ਜੇ ਤਾਂ ਉਹ ਐਜ਼ ਏ ਪ੍ਰਾਈਮ ਮਿਨਿਸਟਰ ਉੱਥੇ ਗਏ ਨੇ, ਫੋਰ ਵਟ? ਤਾਂ ਕਿ ਸਾਧ ਅਤੇ ਸਿਆਸਤ ਇਕੱਠੇ ਹੋ ਜਾਣ। ਪਰ ਇਹ ਤਾਂ ਅਸੀਂ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਸਿਆਸਤ ਵਿੱਚ ਸਾਧਾਂ ਦਾ ਆਉਣਾ ਅਤੇ ਸਾਧਾਂ ਕੋਲ ਸਿਆਸਤ ਦਾ ਜਾਣਾ ਬਰਕਰਾਰ ਰਿਹਾ। ਪਹਿਲਾਂ ਆਸਾਰਾਮ ਵੀ ਇਹੀ, ਆਸਾਰਾਮ ਕੋਲ ਵੀ ਲੀਡਰਸ ਜਾਂਦੇ ਰਹੇ ਆ, ਡੇਰਾ ਸੱਚਾ ਸੌਦਾ ਜਿਹਨੂੰ ਅਸੀਂ ਕਹਿੰਦੇ ਹਾਂ ਰਾਮ ਰਹੀਮ, ਉਹਨਾਂ ਕੋਲ ਵੀ ਜਾਂਦੇ ਰਹੇ ਆ, ਨਿਰੰਕਾਰੀਆਂ ਕੋਲ ਵੀ ਜਾਂਦੇ ਰਹੇ ਆ, ਜਿਹੜੇ ਵੀ ਜਿੰਨੇ ਵੀ ਡੇਰੇ ਆ, ਜਿਨ੍ਹਾਂ ਕੋਲ ਵੀ, ਈਵਨ ਅਸੀਂ ਜੇ ਚਰਚ ਲੈ ਲਈਏ ਪੰਜਾਬ ਦੇ ਵਿੱਚ ਜਿੰਨੇ ਵੀ ਚਰਚ ਹੈ, ਤਾਂ ਚੋਣਾਂ ਤੋਂ ਪਹਿਲਾਂ ਤਾਂ ਪੰਜਾਬ ਦੇ ਲੀਡਰ ਜਾਂ ਦਿੱਲੀ ਤੋਂ ਵੀ ਆਏ ਜਿਹੜੇ ਲੀਡਰ, ਉਹਨਾਂ ਨੇ ਚਰਚਾਂ ਦਾ ਵੀ ਰੁੱਖ ਕੀਤਾ, ਉਹਨਾਂ ਨੇ ਉੱਥੇ ਜਾ ਕੇ ਵੀ ਵੱਡੇ ਵੱਡੇ ਵਾਅਦੇ ਕੀਤੇ ਕਿ ਅਸੀਂ ਚਰਚਾਂ ਦੇ ਵਿੱਚ ਹੋਰ ਤੁਹਾਨੂੰ ਸਹੂਲੀਅਤ ਦੇਵਾਂਗੇ, ਅਤੇ ਉਹ ਗੁਰਦੁਆਰਿਆਂ 'ਚ ਵੀ ਜਾਂਦੇ ਆ। ਤਾਂ ਇਹ ਤਾਂ ਮੈਨੂੰ ਲੱਗਦਾ ਕਿ ਜਿਹੜਾ ਸਿਆਸਤ ਉਹ ਧਰਮਾਂ ਦੇ ਨਾਲ ਹੋ ਕੇ ਡੇਰਿਆਂ ਤੋਂ ਹੀ ਚੱਲਦੀ ਹੈ, ਕਿਉਂਕਿ ਜੇ ਕੋਈ ਬਾਬਾ ਕਹਿੰਦਾ ਕਿ ਵੋਟ ਕਿਹਨੂੰ ਪਾਉਣੀ ਹੈ, ਉਹ ਮੈਨੂੰ ਲੱਗਦਾ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ, ਜੇ ਕੋਈ ਰਾਜਨੇਤਾ ਕਹਿੰਦਾ ਤਾਂ ਉਹਦਾ ਸ਼ਾਇਦ ਘੱਟ ਅਸਰ ਹੁੰਦਾ। ਇਸੇ ਲਈ ਉਹ ਰਲਗੜ ਕੀਤਾ ਗਿਆ ਨਾ, ਅਲਟੀਮੇਟਲੀ ਕੀ ਆ, ਪਾਵਰ ਗੇਮ ਆ ਇਹ, ਇੱਥੇ ਪਾਵਰ ਹੰਗਰ ਆ ਜਿਹੜੀ ਪੋਲੀਟੀਸ਼ੀਅਨਸ ਦੀ, ਉਹ ਜਿਹੜੇ ਬੇਸਿਕ ਇਸ਼ੂਜ਼ ਨੇ ਸੋਸਾਇਟੀ ਨੂੰ ਹੈਲਦੀ ਬਣਾਉਣ ਲਈ ਉਹ ਮਿਸਿੰਗ ਨੇ। ਹੁਣ ਥਰਸਡੇ ਤੋਂ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ 'ਚ ਉੱਥੇ ਯੂਨੀਵਰਸਲ ਪ੍ਰਾਇਓਰਟੀ ਰਿਵਿਊ ਚੱਲ ਰਿਹਾ ਅੰਡਰ ਦਾ ਕਮਾਂਡ ਆਫ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕੌਂਸਲ। ਉੱਥੇ ਇੰਡੀਆ ਸਪੈਸੀਫਿਕ ਜਿਹੜੇ ਮੁੱਦੇ ਆ ਉਹ ਇਸ ਥਰਸਡੇ ਤੋਂ ਵਿਚਾਰੇ ਜਾ ਰਹੇ ਆ, ਜਿਸ ਤਰ੍ਹਾਂ ਦੀ ਸਿਆਸਤ ਖਾਸ ਕਰਕੇ 2014 ਤੋਂ ਬਾਅਦ ਇੰਡੀਆ 'ਚ ਉੱਭਰੀ ਆ, ਉਹ ਅੰਡਰ ਰਿਵਿਊ ਆ ਕਿ ਇੰਡੀਆ ਦਾ ਗਵਰਨੈਂਸ ਜਿਹੜੀ ਹੈਗੀ ਆ, ਜਿਹੜੇ ਇੰਡੀਆ ਦੇ ਅਫੇਅਰਸ ਨੇ ਉਹ ਅੰਡਰ ਕੁਸ਼ਚਨ ਨੇ। ਉਹ ਇਕੱਲੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਪ੍ਰੋਮੀਨੈਂਟ ਮੈਂਬਰਸ ਨੇ, 10 ਕੰਟਰੀਜ਼ ਨੇ, ਉਹਨਾਂ ਵਿੱਚ ਯੂਨਾਈਟਿਡ ਸਟੇਟਸ ਵੀ ਆ, ਯੂਨਾਈਟਿਡ ਕਿੰਗਡਮ ਆ, ਜਰਮਨੀ ਆ, ਬੈਲਜੀਅਮ ਆ, ਸਲਵੇਨੀਆ, ਸਪੇਨ ਆ, ਕੈਨੇਡਾ, ਇਹ ਮਤਲਬ ਕਿ ਨਾਮੀ ਕੰਟਰੀਜ਼ ਆ ਜਿਹੜੇ ਇੰਡੀਆ ਦੀ ਗਵਰਨੈਂਸ 'ਤੇ ਸਵਾਲ ਉਠਾ ਰਹੇ ਆ। ਕਿਸ ਚੀਜ਼ 'ਤੇ ਸਵਾਲ ਉਠਾ ਰਹੇ?
वो कह रहे कि जिहड़ा सिटीजन अमेंडमेंट एक्ट तुसी लियांदा जी, इहदे ते विचार करो दुबारा। एंटी कन्वर्शन लॉज जिहड़े थोड़ी स्टेट्स दे विच बने ने उन्हां नूं मतलब के वापस लो जी। वो कहिंदे उहदे नाल जिहड़ियां मनोरिटी वॉइसिस ने वो दबाइयां जा रहियां ने। फिर उन्होंने जिहड़े ड्रैकोनियन लॉज ने इत्थे जिहदे राहीं प्रेस फ्रीडम नूं दबाया जा रहा, आम नागरिक की जिहड़ी होनी चाहिए है बेसिक सेंस ऑफ सिक्योरिटी उहदे ते दबाव पाया जा रहा। उहदे विच UAPA जिहड़ा व्यापक एक्ट हैगा, पब्लिक सेफ्टी एक्ट आ, नैशनल सिक्योरिटी एक्ट आ, सडेशन दियां धारावां ने 124A 499 500 IPC दे जिहड़े एक्ट आ जिहड़ियां धारावां उह उन्होंने कहा भी इन्हां नूं वापस लो। फिर उन्होंने देखिया कि थोड़ी जिहड़ी चाइल्ड डिवेलपमेंट दे स्ट्रक्चरस ने इन्नी माल नरिशमेंट आ छोटे बच्चों च, मेरा ख्याल रोज़ किन्नियां डैथ्स होंदियां ने। फिर जिहड़ा प्रवेलिंग रेप कल्चर आ उहदी फिर ग्लोरीफिकेशन आ, हुण जिवें गुजरात विच चोणां होणियां ने इन्हां दा जिहड़ा BJP दा ऑफिशियल गोधरा तों कैंडीडेट आ जिथों सारी जिहड़ी गुजरात दी मुस्लिम कारने शुरू हुई सी 2002 च, उहने चंदर सिंह रौली उह पहले इन्हां दे मिनिस्टर भी रहे आ गुजरात गौरमेंट च, वह कौन आ शख्स, वह 5 बारी पहले MLA बन चुके आ। जदों बिल्किस बानो केस दे विच जिहड़े कन्विक्टेड रेपिस्ट सीगे मर्डर सीगे जदों वह बाहर आए तो उन्होंने उन्होंने एड्रैस की किया कि यह संस्कारी ब्राह्मण ने जिहड़े इदां दी सोच वाले जदों इंडियन पॉलिटिक्स विच अगे लियांदे जा रहे होण एक एक स्पैसिफिक विचारधारा राहीं, वह फिर दुनिया ते तां क्वेश्चन उठणगे। उन्होंने 2018 नूं उह मीटिंग खत्म होनी आ, इंडिया दा 4 वारी ये 4th वारी रिव्यू हो रहा, ये पिछले 2008 तो लैके हर एक 5 साल बाद रिव्यू हुंदा हैगा। लास्ट 2017 च होया सी, जिन्ने वर्ल्ड दे इंडेक्सिस ने जिहड़े गवर्नेंस नूं कवर करदे आ, चाहे वह एमनेस्टी इंटरनेशनल नूं आया होवे चाहे यूनाइटेड नेशनस दीआं बॉडीज ने, उहदे विच इंडिया दी रैंक जिहड़ी आ ਉਹ ਸਲਾਈਡ ਕਰ ਰਹੀ ਆ, ਜਿਹੜੀਆਂ ਕਿ ਮੋਸਟ ਸਫੋਕੇਟਿੰਗ ਕੰਟਰੀਜ਼ ਆ ਉਹਨਾਂ ਵਿੱਚ ਇੰਡੀਆ ਦਾ ਨਾਂ ਸ਼ੁਮਾਰ ਹੋ ਰਿਹਾ। ਇੰਡੀਆ ਦੀ ਡੈਮੋਕ੍ਰੇਸੀ ਨੂੰ ਉਹਨਾਂ ਨੇ ਕਿਹਾ ਕਿ ਇਹ ਮਤਲਬ ਕਿ ਇੰਨੀ ਥਿਰਕ ਚੁੱਕੀ ਆ ਕਿ ਇਟ ਇਜ਼ ਮੂਵਿੰਗ ਟੂਵਰਡਸ ਆਟੋਕ੍ਰੇਸੀ, ਕਿਉਂਕਿ ਇੱਥੇ ਜਿਹੜੀ ਹੈਗੀ ਆ ਨਾ ਜਦੋਂ ਡਾਕਟਰ BR ਅੰਬੇਦਕਰ ਨੇ ਕਾਂਸਟੀਟਿਊਸ਼ਨ ਲਿਖਿਆ ਸੀ ਤਾਂ ਉਹਨਾਂ ਨੇ ਇੱਕ ਐਪਰੀਹੈਂਸ਼ਨ ਕਹੀ ਸੀ ਕਿ ਜਦੋਂ ਪੋਲੀਟਿਕਸ ਦੇ ਵਿੱਚ ਕਲਟ ਫਿਗਰਸ ਆ ਜਾਣਗੀਆਂ, ਠੀਕ ਆ ਤੁਹਾਡਾ ਕਿਸੇ ਧਰਮ ਪ੍ਰਤੀ ਤੁਸੀਂ ਇੱਕ ਕਿਸੇ ਆਪਣੇ ਗੁਰੂ ਪ੍ਰਤੀ ਤੁਹਾਡੀ ਅਕੀਦਾ ਹੋ ਸਕਦੀ ਆ, ਤੁਸੀਂ ਉਹਨੂੰ ਕਲਟ ਮੰਨ ਸਕਦੇ, ਪਰ ਜਦੋਂ ਇਹੀ ਵਰਤਾਰਾ ਪੋਲੀਟਿਕਸ ਦੇ ਵਿੱਚ ਆ ਜੂਗਾ ਤਾਂ ਇੱਕ ਫਿਗਰ ਜਿਹੜੀ ਕਲਟ ਬਣ ਜੂਗੀ, ਜਿਵੇਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ, ਇਸੇ ਤਰ੍ਹਾਂ ਆਪ ਵਿੱਚ ਅਰਵਿੰਦ ਕੇਜਰੀਵਾਲ ਆ, ਅਕਾਲੀ ਦਲ ਵਿੱਚ ਆਪਾਂ ਦੇਖਿਆ ਸੀ ਬਾਦਲ ਹੀ ਆ, ਨਹੀਂ ਇੱਕ ਕਲਟ ਫਿਗਰ ਬਣ ਗਏ ਨਾ, ਤਾਂ ਉਦੋਂ ਉਹ ਕਹਿੰਦੇ ਸੀ ਵੀ ਵੀ ਵਿਲ ਡੀਜਰਨੇਟ ਇਨ ਟੂ ਏ ਆਟੋਕ੍ਰੈਟਿਕ ਰਿਜੀਮ, ਵੀ ਫਿਰ ਅਸੀਂ ਆਟੋਕ੍ਰੈਸੀ ਡਿਕਟੇਟਰਸ਼ਿਪ ਵੱਲ ਨੂੰ ਗਵਰਨੈਂਸ ਨੂੰ ਲੈ ਕੇ ਜਾ ਰਹੇ ਹਾਂ, ਦੈਟਸ ਵਟ ਇਜ਼ ਹੈਪਨਿੰਗ। ਅਤੇ ਜੇ ਪੰਜਾਬ ਦੀ ਅਸੀਂ ਗੱਲ ਕਰੀਏ, ਪੰਜਾਬ ਦੇ ਵਿੱਚ ਜੋ ਰਾਜਨੀਤਿਕ ਬਦਲਾਵ ਆ ਰਹੇ ਹੈ ਅਤੇ ਧਾਰਮਿਕ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਪੰਜਾਬ 'ਚ, ਕਿਉਂਕਿ ਪਿਛਲੇ ਦਿਨੀ ਸੁਧੀਰ ਸੂਰੀ ਦਾ ਕਤਲ ਹੋਇਆ, ਉਸ ਕਤਲ ਨੂੰ ਇੰਡੀਵਿਜੁਅਲ ਕਤਲ ਦੇ ਨਾਲ ਨਹੀਂ ਦੇਖਿਆ ਗਿਆ, ਇੱਕ ਵਿਅਕਤੀ ਨੇ ਦੂਜੇ ਵਿਅਕਤੀ ਦਾ ਕਤਲ ਕੀਤਾ ਇਹ ਨਹੀਂ ਦੇਖਿਆ ਗਿਆ, ਉੱਥੇ ਸਾਰੇ ਪਾਸੇ ਇਹੀ ਨੈਰੇਟਿਵ ਗਿਆ ਕਿ ਸਿੱਖ ਨੇ ਹਿੰਦੂ ਨੂੰ ਮਾਰਿਆ, ਹਿੰਦੂ ਵਰਸੇ ਸਿੱਖ ਬਣਾਇਆ ਗਿਆ ਉਹਨੂੰ, ਅਤੇ ਉਹ ਕੀ ਕੌਣ ਬਣਾ ਰਿਹਾ ਇਸ ਨੈਰੇਟਿਵ ਨੂੰ ਅਤੇ ਕਿਹਦਾ ਫਾਇਦਾ ਹੋ ਰਿਹਾ? ਸਭ ਤੋਂ ਵੱਡੀ ਗੱਲ ਮੇਰਾ ਖਿਆਲ ਜਿਹੜਾ ਨਾ ਇਹ ਜਿਹੜੀ ਪੋਲੀਟੀਕਲ ਕਲਾਸ ਆ ਉਹ ਇਹ ਨੈਰੇਟਿਵ ਬੁਣ ਰਹੀ ਹੈ। ਜਿਹੜੇ ਸੂਰੀ ਵਰਗੇ ਬੰਦੇ ਨੇ ਉਹ ਆਪਣੇ ਆਪ ਨੂੰ ਸੈਲਫ ਕਸਟੋਡੀਅਨ ਬਣੇ ਹੋਏ ਆਪਣੇ ਧਰਮ ਦੇ, ਇਸੇ ਤਰ੍ਹਾਂ ਸਿੱਖਾਂ 'ਚ ਵੀ ਵਰਤਾਰਾ ਹੈਗਾ, ਮੈਂ ਨਹੀਂ ਕਹਿੰਦਾ ਹੈ ਨਹੀਂ, ਇੱਥੇ ਕੁਛ ਚੰਦ ਬੰਦੇ ਉੱਠਦੇ ਆ ਉਹ ਸੋਚ ਲੈਂਦੇ ਕਿ ਅਸੀਂ ਹੀ ਹੁਣ ਰਖਵਾਲੇ ਹਾਂ ਕੌਮ ਦੇ ਜਾਂ ਅਸੀਂ ਕਿਸੇ ਧਰਮ ਦੇ, ਉਹਦਾ ਫਿਰ ਉਹ ਸਹਾਰਾ ਲੈਣ ਲਈ ਭੜਕਾਟ ਪੈਦਾ ਕਰਦੇ ਆ ਸੁਸਾਇਟੀ 'ਚ, ਉਹਨਾਂ ਨੂੰ ਗਵਰਨਮੈਂਟਸ ਅਤੇ ਪੋਲੀਟੀਕਲ ਪਾਰਟੀ ਸ਼ਹਿ ਦਿੰਦੀਆਂ ਨੇ। ਤੁਹਾਡੇ ਸਾਹਮਣੇ ਆ ਕਿ ਜਿਹੜੇ ਹੁਣ ਸੂਰੀ ਦੇ ਕਤਲ ਤੋਂ ਬਾਅਦ ਜਿਹੜੇ ਉਸ ਤਰ੍ਹਾਂ ਦੀਆਂ ਇੱਥੇ 15 ਸ਼ਿਵ ਸੈਨਾ ਹੋਰ ਤੁਰੀਆਂ ਫਿਰਦੀਆਂ ਨੇ, ਉਹਨਾਂ ਦੇ ਸੈਲਫ ਹੈੱਡ ਬਣੇ ਹੋਏ ਨੇ, ਉਹਨਾਂ ਨੂੰ ਰੈਦਰ ਦੈਨ ਕਿ ਜਿਹੜੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਟਿੱਪਣੀਆਂ ਆ ਰਹੀਆਂ ਵਾਰ ਵਾਰ ਕਿ ਹੇਟ ਸਪੀਚ 'ਤੇ ਕੁਸ਼ਚਨ ਹੋਣਾ ਚਾਹੀਦਾ, ਇਸ 'ਚ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਆ ਇਹਨੂੰ
हमेशा लिए खत्म करना चाहिए भी ये समाज में बहुत बेचैनी पैदा कर रहा। तो स्टेट ने की किया यही हेट स्पीचिस का जो इशू आ ये हूँ उत्थे जनेवा भी इंटरनेशनल यूनाइटेड नेशन की ह्यूमन राइट कौंसल भी विचारे जा जिस इंडिया स्पैसीफिकली पिन पॉइंट किया। तो उन्होंने गौरमेंट्स की कर रही ने इतने उन्होंने हल्लाशेरी देने लिए उन्होंने स्टेट के खर्चते उन्होंने बुलेट प्रूफ जैकट्स दे रही ने फिर उस वर्तारे पबलिसाइज करके एक तरह की ग्लोरीफिकेशन दी जा रही है। अच्छा यही देखते हैं असं कि हेट स्पीच की जो गल करते हैं सूरी का देखते सीगा तो सूरी भी कहता सी कि 2% है असी एक मिनट च मसल देंगे या होर भी इस तरह दियां स्पीचेस होंदियां सी। सूरी के कतल तो बाद एक मुंडा आवाज़ रखता कहता कि मैं सारे सरदारा नूं मार देना तो वह भी फ्री है वो ते किहड़े चार्जस लगे है की कार्रवाई हुई है लोगों नूं कुछ नहीं पता। यही तो मैं कह रहा कि स्टेट इदां दियां डिवीजनस क्रिएट करके इदां दी जिहड़ी वॉलाटाइल लैंग्वेजेस आ उहनां नूं उत्साहित कर रहे ने अनकरेज कर रहे ने टू रीप द डिविडेंट्स पोलिटिकल डिविडेंट्स वो पावर गेम का एक पार्ट बन गया। तुसीं 1984 का वर्तारा देख लो सिख कारनेज होया जिहड़ी वो सोच सी कांग्रेस की वो अज भी पैरवलेंट आ। तुसीं देखोगे हुणे जदों स्वेयरिंग इन सैरमनी हुई कांग्रेस प्रैजीडेंट जी नवां प्रैजीडेंट बनया तो उत्थे स्टेज ते प्रोमीनेंटली तौर पर कौन बैठा सीगा जगदीश टाइटलर जिहड़ा एक चेहरा सी जिहदे ते सिख कारनेज दे दोष लगदे आ। हुण जदों इन्हां ने म्यूनसिपल कारपोरेशन दीआं चोणां ने दिल्ली विच दसंबर दे फस्ट वीक दे विच उहदी जिहड़ी कांग्रेस पार्टी ने जिहड़े अपने कैंडीडेट चुनने ने उहनां दे लई जिहड़ी इन्हां ने 40 मैंबरी कमेटी बनाई आ उहदे च प्रमुखता दे विच कौन आ जगदीश टाइटलर। इहदा मतलब जिहड़ी सोच दे राहीं 1984 ਵਿੱਚ ਇਹਨਾਂ ਨੇ ਐਡਾ ਵੱਡਾ ਕਤਲੇਆਮ ਕੀਤਾ ਉਹਦਾ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਇਹਨਾਂ ਨੂੰ 484 ਲੋਕ ਸਭਾ ਦੇ ਮੈਂਬਰ ਦਿੱਤੇ। ਇਹਦਾ ਮਤਲਬ ਇੱਥੇ ਜਿਹੜੀ ਓਵਰ ਦਾ ਈਅਰਸ ਜਿਹੜੀ ਹੇਟਰੇਡ ਜਿਹੜੀ ਇੱਕ ਮਤਲਬ ਕਿ ਰਿਲੀਜੀਓਸਿਟੀ ਦਾ ਪ੍ਰਗਟਾਵਾ ਝੂਠਾ ਉਹਦੇ ਰਾਹੀਂ ਇਹਨਾਂ ਨੇ ਸਿਆਸਤ ਬੁਣੀਆਂ। ਉਸੇ ਤਰ੍ਹਾਂ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ 'ਤੇ ਲਾ ਲਈਏ ਵੀ ਇਹਨਾਂ ਦਾ ਆਵਾਰ ਕਦੋਂ ਸ਼ੁਰੂ ਹੋਇਆ 2002 'ਚ ਹੋਇਆ ਨਾ ਉਸ ਤੋਂ ਬਾਅਦ ਲਗਾਤਾਰ ਇਹਨਾਂ ਦਾ ਗ੍ਰਾਫ ਉੱਤੇ ਗਿਆ ਉਹਦੇ ਸਿਰ 'ਤੇ ਅੱਜ ਤੱਕ ਇਹ ਗੁਜਰਾਤ 'ਚ ਰਾਜ ਕਰ ਰਹੇ ਹੁਣ ਤਾਂ ਇਹ ਇੰਡੀਆ 'ਤੇ ਰਾਜ ਕਰ ਰਹੇ। ਉੱਥੇ ਫਿਰ ਜਦੋਂ ਇੱਦਾਂ ਦੇ ਵਰਤਾਰੇ ਹੋਣਗੇ ਤਾਂ ਜਿਹੜੀ ਤੁਹਾਡੀ ਵਰਲਡ ਵਾਈਡ ਤੁਹਾਡੀ ਸਟੈਂਡਿੰਗ ਆ ਉਹਦੇ 'ਤੇ ਸੱਟ ਵੱਜ ਰਹੀ ਆ। ਪਰ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਹੈਲਪਲੈਸ ਸਿਟੀਜ਼ਨਸ ਬਣ ਗਏ ਨੇ ਜਿਹੜੇ ਆਵਾਜ਼ ਬੁਲੰਦ ਕਰਨ ਵਰਗੇ ਗੌਤਮ ਨਵਲੱਖੇ ਵਰਗੇ ਬੰਦੇ ਜਾਂ ਹੋਰ ਸੁਧਾ ਭਾਰਤਵਾਜ ਆ ਜਾਂ ਵਾਰਾ ਵਾਰਾ ਰਾਓ ਆ ਈਵਨ ਅੰਮ੍ਰਿਤਾ ਸੈਨ ਜਿਹੜਾ ਨੋਬਲ ਲੋਰੀਏਟ ਆ ਉਹ ਗੱਲਾਂ ਉਠਾ ਰਹੇ ਨੇ ਕੁਛ ਤਾਂ ਫੜ ਕੇ ਅੰਦਰ ਕਰ ਦਿੰਦੇ ਨੇ ਕਿਸੇ ਨੂੰ ਅਰਬਨ ਨੈਕਸਲ ਕਹਿ ਦਿੰਦੇ ਨੇ। ਈਵਨ ਇੰਡੀਆ ਦਾ ਜਿਹੜਾ ਪ੍ਰੈਜੈਂਟ ਚੀਫ ਜਸਟਿਸ ਆ ਡੀ ਵਾਈ ਚੰਦਰਾਚੂੜ ਉਹਨਾਂ ਖਿਲਾਫ਼ ਪਟੀਸ਼ਨਸ ਪਾਈਆਂ ਜਾ ਰਹੀਆਂ ਸੁਪਰੀਮ ਕੋਰਟ 'ਚ ਕਿ ਵੀ ਇਹ ਜਿਹੜਾ ਹੈਗੇ ਆ ਨੈਕਸਲਾਈਟ ਸਿੰਪਥਾਈਜ਼ਰ ਨੇ ਇਹ ਕ੍ਰਿਸਚਨ ਜਿਹੜੇ ਹੈਗੇ ਕ੍ਰਿਸਚਨ ਟੈਰਰਿਸਟ ਦੀ ਸੋਚ ਨਾਲ ਜੁੜੇ ਹੋਏ ਨੇ। ਤੁਸੀਂ ਜਦੋਂ ਇਸ ਤਰ੍ਹਾਂ ਦੇ ਹਾਈਐਸਟ ਆਫਿਸਿਸ ਨੂੰ ਤੁਸੀਂ ਉਹਨਾਂ ਨੂੰ ਇਹ ਮਲਾਈਨ ਕਰ ਰਹੇ ਹਾਂ ਤਾਂ ਫਿਰ ਇਸ ਤਰ੍ਹਾਂ ਦੀ ਸੁਸਾਇਟੀ ਵਿੱਚ ਸੂਰੀ ਵਰਗਿਆਂ ਦਾ ਪੈਦਾ ਹੋਣਾ ਸੁਭਾਵਿਕ ਆ। ਅਸੀਂ ਦੇਖਦੇ ਹਾਂ ਸੂਰੀ ਦੀ ਮੌਤ ਤੋਂ ਬਾਅਦ ਅਮਿਤ ਅਰੋੜਾ ਨਾਮ ਹੈ ਲੁਧਿਆਣਾ ਦੇ ਨੇ ਅਤੇ ਉਹਨਾਂ ਦੇ ਬਿਆਨਬਾਜ਼ੀ ਫਿਰ ਉਹੋ ਜਿਹੀ ਰਹਿੰਦੀ ਆ। ਉਹ ਕਹਿੰਦੇ ਕਿ ਅਸੀਂ ਹੁਣ ਬੁਲੇਟ ਪਰੂਫ ਜੈਕਟਸ ਪਾ ਲਈਆਂ ਅਤੇ ਹੁਣ ਅਸੀਂ ਮੁਕਾਬਲਾ ਕਰਾਂਗੇ ਅੰਮ੍ਰਿਤਪਾਲ ਦੇ ਨੂੰ ਧੁਰਾ ਬਣਾ ਕੇ ਅਤੇ ਸਾਰੀਆਂ ਬਿਆਨਬਾਜ਼ੀ ਆ ਉਹ ਉਸੇ ਦੇ ਆਲੇ ਦੁਆਲੇ ਕੀਤੀ ਜਾਂਦੀ ਹੈ। ਜਦੋਂ ਕਿ ਅਸੀਂ ਦੇਖਦੇ ਹਾਂ ਕਿ ਅੰਮ੍ਰਿਤਪਾਲ ਜੋ ਵੀ ਉਹਦੀ ਐਕਟੀਵਿਟੀ ਹੋ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਉਹਦਾ ਇੱਕੋ ਹੀ ਚੀਜ਼ ਕੌਂਸਟੈਂਟ ਚੱਲ ਰਹੀ ਹੈ ਕਿ ਅਸੀਂ ਅੰਮ੍ਰਿਤ ਛਕਾਉਣਾ ਹੈ ਅਸੀਂ ਗੁਰੂ ਦੇ ਲੜ ਲਾਉਣਾ ਹੈ ਅਤੇ ਫਿਰ ਉਹ ਕਹਿੰਦੇ ਆ ਕਿ ਅਸੀਂ ਆਜ਼ਾਦੀ ਦਿਵਾਉਣੀ ਹੈ ਯੂਥ ਨੂੰ ਆਜ਼ਾਦੀ ਦਿਵਾਉਣੀ ਹੈ ਯੂਥ ਨੂੰ ਹਥਿਆਰਬੰਦ ਕਰਨਾ ਸਿਖਲਾਈ ਦੇਣੀ ਹੈ ਇਹ ਗੱਲਾਂ ਉਹ ਕਰਦੇ ਨਜ਼ਰ ਆ ਰਹੇ ਨੇ। ਅਤੇ ਜਦੋਂ ਉਹਨਾਂ ਤੋਂ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਅੰਮ੍ਰਿਤਪਾਲ ਤੋਂ ਕਿ ਇਸ ਕਤਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਉਹ ਕਹਿੰਦੇ ਕਿ ਅਸੀਂ ਇਹਦੇ 'ਤੇ ਕੋਈ ਅਫਸੋਸ ਨਹੀਂ ਜਤਾਵਾਂਗੇ ਕਿਉਂਕਿ ਉਹਨਾਂ ਨੇ ਬਿਆਨਬਾਜ਼ੀ ਕੀਤੀ ਅਤੇ ਜਿਹਨੂੰ ਗੁੱਸਾ ਆਇਆ ਉਹਨੇ ਮਾਰਤਾ ਉਹਨੇ ਕਤਲ ਕਰਤਾ। ਅਤੇ ਕੀ ਲੱਗਦਾ ਕਿ ਅਸੀਂ ਹੁਣ ਕਿਲਿੰਗਸ ਨੂੰ ਸੈਲੀਬ੍ਰੇਟ ਕਰਨ ਵੱਲ ਤਾਂ ਨਹੀਂ ਤੁਰ ਪਏ ਹਾਂ ਅਸੀਂ? ਇਹ ਜਿਹੜਾ ਹੈਗਾ ਨਾ ਇਹ ਵਰਤਾਰੇ ਨੂੰ ਜਾਣਨ ਲਈ ਨਾ ਇਹ ਦੇਖਣਾ ਪਊਗਾ ਕਿ ਵਰਕਾ ਵਰਕਾ ਅਥੇਲੇਂਗੀ ਵਰਕਾ ਵਰਕਾ ਉਥੇਲਣਾ ਪੈਣਾ ਫਰੋਲਣਾ ਪੈਣਾ
ਤਾਂ ਸਮਝ ਨਹੀਂ ਆਉਣੀ, ਤਾਂ ਵੀ ਤੁਹਾਨੂੰ ਸਮਝ ਨਹੀਂ ਆਉਣੀ। ਅੱਖਰ ਅੱਖਰ ਪੜ੍ਹਨਾ ਪੈਣਾ ਰੂਹ ਤੱਕ ਉਤਰਨ ਲਈ। ਇੱਥੇ ਤਾਂ ਅੱਖਰ ਅੱਖਰ ਪੜ੍ਹਨਾ ਪੈਣਾ ਕਿ ਹਰ ਇੱਕ ਅੱਖਰ ਦਾ ਕੀ ਮੀਨਿੰਗ ਆ। ਜਿਹੜਾ ਪੰਜਾਬ ਦਾ ਸੁਨਹਿਰੀਓ ਆ ਉਹਦੇ 'ਚ ਕਿਹਾ ਜਾ ਰਿਹਾ ਕਿ ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਕੁਝ ਐਸਾ ਕੁਫਰ ਤੋਲਿਆ ਇਮਾਨ ਵਾਲਿਆਂ ਕਿ ਕੁਫਰ ਤੋਂ ਵੀ ਹੌਲਾ ਇਮਾਨ ਹੋ ਗਿਆ। ਆ ਵਰਤਾਰਾ ਇਹਦੇ ਵਿੱਚ ਤੁਸੀਂ ਸੁਭਾਵਕ ਹੀ ਆ ਕਿ ਇਸ ਤਰ੍ਹਾਂ ਦੀਆਂ ਕਿਲਿੰਗਸ ਨੂੰ ਗਲੋਰੀਫਾਈ ਕੀਤਾ ਜਾਊਗਾ। ਜਿਹੜੇ ਸੈਂਟਰਲ ਇਸ਼ੂਜ਼ ਨੇ ਜਿਹਦੇ ਨਾਲ ਲੋਕਾਂ ਦਾ ਜੀਵਨ ਜਾਚ ਪੱਧਰ ਉਹ ਉੱਚਾ ਚੱਕਿਆ ਜਾਊਗਾ, ਉਹ ਇਸ਼ੂਜ਼ ਨੂੰ ਕਲਾਊਡ ਕੀਤਾ ਜਾ ਰਿਹਾ, ਦਬਾਇਆ ਜਾ ਰਿਹਾ ਤਾਂ ਕਿ ਲੋਕ ਕੋਈ ਸਹੀ ਦਿਸ਼ਾ ਵੱਲ ਆਪਣੇ ਕਦਮ ਨਾ ਉਠਾ ਸਕਣ। ਇੱਥੇ ਹੁਣ ਕਿੰਨੇ ਫੈਨਫੇਅਰ ਦੇ ਨਾਲ 8 ਮਹੀਨੇ ਪਹਿਲੇ ਸਰਕਾਰ ਆਈ ਸੀ, ਉਹਨਾਂ ਦੇ ਦੋ ਮੇਨ ਮਾਡਲ ਸੀਗੇ, ਐਜੂਕੇਸ਼ਨ ਅਤੇ ਹੈਲਥ। ਐਜੂਕੇਸ਼ਨ ਦਾ ਪ੍ਰਗਟਾਵਾ ਤੁਸੀਂ ਸਕੂਲਾਂ ਦਾ ਬਾਘੇ ਪੁਰਾਣੇ ਪਰਸੋਂ, ਹਾਈ ਸਕੂਲ ਦੀਆਂ ਕੁੜੀਆਂ ਸੜਕਾਂ 'ਤੇ ਬੈਠੀਆਂ ਸੀ ਸਰਕਾਰੀ ਸਕੂਲਾਂ ਦੀ, ਉਹ ਕੀ ਮੰਗ ਕਰ ਰਹੀਆਂ ਸੀਗੀਆਂ ਕਿ ਸਾਡੇ ਸਕੂਲਾਂ ਵਿੱਚ ਸਿੱਧੀਆਂ ਲੈਕਚਰਾਰ ਹੈ ਨਹੀਂ, ਵੈਕੈਂਸੀਜ਼ ਪਈਆਂ ਨੇ। ਉਹ ਮੋਗੇ ਜ਼ਿਲ੍ਹੇ ਦੀ ਗੱਲ, ਮੋਗੇ ਜ਼ਿਲ੍ਹੇ ਦੇ ਨਿਊਮਰਸ ਸਕੂਲਸ ਨੇ ਜਿੱਥੇ ਪ੍ਰਿੰਸੀਪਲਸ ਹੈ ਨਹੀਂ, ਜਿਹੜੇ ਸੀਨੀਅਰ ਸੈਕੈਂਡਰੀ ਸਕੂਲ ਉੱਥੇ ਲੈਕਚਰਾਰਸ ਹੈ ਨਹੀਂ ਕਿ ਮੇਨ ਸਬਜੈਕਟਸ ਲਈ, ਚਾਹੇ ਉਹ ਸਾਇੰਸ ਆ, ਚਾਹੇ ਮੈਥਮੈਟਿਕਸ ਆ, ਚਾਹੇ ਹੋਰ ਸਬਜੈਕਟਸ ਨੇ। ਇਸੇ ਤਰ੍ਹਾਂ ਤੁਸੀਂ ਮੈਡੀਕਲ ਫੈਸਿਲਿਟੀ ਦਾ ਲੈ ਲਓ ਵੀ ਇਹਨਾਂ ਨੇ ਮੁਹੱਲਾ ਕਲੀਨਿਕਸ ਲਿਆਂਦੇ ਕਿ ਅਸੀਂ ਦਿੱਲੀ ਮਾਡਲ ਲੈ ਕੇ ਆਉਣਾ ਹੈ ਨਾ। ਦੂਜੇ ਪਾਸੇ ਇਹ ਵੀ ਖਬਰ ਆ ਰਹੀ ਆ ਕਿ 550 ਤੋਂ ਪਲੱਸ ਜਿਹੜੀਆਂ ਰੂਰਲ ਡਿਸਪੈਂਸਰੀ, ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੇ ਹੈਲਥ ਸੈਂਟਰਸ ਨੇ, ਉੱਥੇ ਪਿਛਲੇ 10 ਮਹੀਨਿਆਂ ਤੋਂ ਸਿੰਸ ਜਨਵਰੀ ਉੱਥੇ ਕੋਈ ਦਵਾਈ ਹੈ ਨਹੀਂ, ਬੇਸਿਕ ਦਵਾਈ ਹੈ ਨਹੀਂ। ਅਤੇ ਇਹ ਚੀਜ਼ਾਂ ਵੱਲ ਤੋਂ ਧਿਆਨ ਭਟਕਾਉਣ ਲਈ ਇਹਨਾਂ ਨੇ ਜਿਹੜੇ ਇਸ ਤਰ੍ਹਾਂ ਦੇ ਸੈਲਫ ਕਸਟੋਡੀਅਨਸ ਬਣੇ ਨੇ ਉਹਨਾਂ ਨੂੰ ਬੁਲਟ ਪਰੂਫ ਜੈਕਟਾਂ ਮੰਨ ਰਹੇ ਨੇ। ਇਹ ਟੋਟਲ ਫੇਲੀਅਰ ਆਫ ਗਵਰਨੈਂਸ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਸੋਸ਼ਲ ਇਸ਼ੂਜ਼ ਨੇ, ਵੱਡੇ ਇਸ਼ੂ ਨੇ ਜੋ ਲੋਕਾਂ ਨੂੰ, ਵਾਕਈ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਜਿਹਦੀ ਜ਼ਰੂਰਤ ਹੈ, ਤਾਂ ਕੀ ਪੰਜਾਬ ਦੇ ਵਿੱਚ ਕੋਈ ਸੋਸ਼ਲ ਮੂਵਮੈਂਟ ਨਹੀਂ ਇਹੋ ਜਿਹੀ ਉੱਠ ਸਕਦੀ ਜਿਹਦੇ ਵਿੱਚ ਕਿ ਉਹਨਾਂ ਦੀਆਂ ਸਿਰਫ ਅਸਲ ਮੁੱਦਿਆਂ 'ਤੇ ਗੱਲ ਹੋਵੇ, ਉਹਨਾਂ ਦੇ ਧਾਰਮਿਕ ਜਾਂ ਕੋਈ ਹੋਰ ਇਹੋ ਜਿਹੇ ਮੁੱਦਿਆਂ 'ਤੇ ਜਿਨ੍ਹਾਂ ਦੀ ਲੋੜ ਹੀ ਨਹੀਂ ਲੋਕਾਂ ਨੂੰ, ਅਤੇ ਉਹਨਾਂ 'ਤੇ ਗੱਲ ਹੋਣ ਦੀ ਬਜਾਏ ਸਿਰਫ ਸਮਾਜਿਕ ਮੁੱਦਿਆਂ 'ਤੇ ਹੋਵੇ ਕਿ ਜੀ ਇਹ ਸਾਡੀ ਸੁਸਾਇਟੀ ਦੀ ਜ਼ਰੂਰਤ ਹੈ ਅਤੇ ਇਹਨੂੰ ਪੂਰਾ ਕਰਨਾ। ਦੁਨੀਆ 'ਚ ਨਾ ਇਸੇ ਪਿਛਲੀ ਇਸੇ ਸੈਂਚਰੀ 'ਚ ਐਡਵਰਡ ਬਾਰਨੇਸ ਨਾਂ ਦਾ ਇੱਕ ਸ਼ਖਸ ਹੋਇਆ, ਉਹ ਅਮੈਰੀਕਨ ਸੀਗਾ, ਉਹਨੂੰ ਜਾਣਿਆ ਜਾਂਦਾ ਕਿ ਹੀ ਇਜ਼ ਦਾ ਫਾਦਰ ਆਫ ਪਬਲਿਕ ਰਿਲੇਸ਼ਨਸ ਐਂਡ ਪ੍ਰੋਪਾਗੈਂਡਾ। ਉਹਨੇ ਇੱਕ ਬੜੀ, ਉਹ ਪੋਲੀਟੀਕਲੀ ਥਿਊਰਿਸਟ ਵੀ ਸੀਗਾ, ਪੋਲੀਟੀਕਲ ਹੁਣ ਤਾਂ ਉਹਦੀ ਡੈਥ ਹੋ ਚੁੱਕੀ 1995 'ਚ। ਉਹਨੇ ਬੜੀ ਵਧੀਆ ਗੱਲ ਕਹੀ ਸੀ ਵੀ ਜਦੋਂ ਲੋਕਾਂ ਦੇ ਜਿਹੜੇ ਮਨ ਨੇ ਕੌਂਸ਼ੀਅਸ, ਜਿਹੜੇ ਸੁਚੇਤ ਮਨ ਨੇ, ਅਤੇ ਉਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਟਲੀ ਉਹਨਾਂ ਨੂੰ, ਉਹਨਾਂ ਮਨਾਂ ਨੂੰ ਬੜੀ ਮਤਲਬ ਕਿ ਸਮਝਦਾਰੀ ਦੇ ਨਾਲ ਇੱਕ ਵਿਉਂਤਬੰਦੀ ਨਾਲ ਮੈਨੂਪਲੇਟ ਕਰਕੇ ਉਹਨਾਂ ਦੀਆਂ ਜਿਹੜੀਆਂ ਔਰਗਨਾਈਜ਼ਡ ਹੈਬਿਟਸ ਨੇ, ਉਹਨਾਂ ਦੀਆਂ ਆਦਤਾਂ ਨੇ ਬੇਸਿਕ, ਉਹਨਾਂ ਦਾ ਵੇ ਆਫ ਥਿੰਕਿੰਗ ਆ, ਉਹਨੂੰ ਇਸ ਤਰ੍ਹਾਂ ਬਦਲ ਦਿਓ ਇੱਕ ਪ੍ਰੋਪੇਗੰਡੇ ਰਾਹੀਂ ਅਤੇ ਇੱਕ ਆਪਣੇ ਪਬਲਿਕ ਰਿਲੇਸ਼ਨ ਰਾਹੀਂ ਕਿ ਉਹ ਆਪਣਾ ਜਿਹੜਾ ਜ਼ਮੀਨੀ ਹਕੀਕਤ ਨੂੰ ਪਛਾਣ ਨਾ ਸਕਣ। ਉਹ ਕਹਿੰਦੇ ਵੀ ਆਹ ਹੁੰਦੀ ਆ ਜਿਹੜੀ ਕਿ ਪਿੱਛੇ ਰਹਿ ਕੇ ਸਮਾਜ ਨੂੰ ਰੂਲ ਕਰਦੀ ਹੈ। ਮੇਰਾ ਖਿਆਲ ਹੈ ਇੰਡੀਆ 'ਤੇ ਬਹੁਤ ਬਾਖੂਬੀ ਢੁੱਕਦਾ ਕਿ ਇੱਥੇ ਇੱਦਾਂ ਦੀ ਮੈਨੀਪੁਲੇਟ ਕਰਕੇ ਲੋਕਾਂ ਦੇ ਜਿਹੜੇ ਕੌਂਸ਼ੀਅਸ ਮਾਇੰਡ ਨੇ, ਉਹਨਾਂ ਦੀ ਔਰਗਨਾਈਜ਼ਡ ਹੈਬਿਟਸ ਨੇ, ਹੈਬਿਟਸ ਕੀ ਨੇ, ਕੀ ਪਾਉਣਾ, ਕੀ ਜ਼ਬਾਨ ਬੋਲਣੀ ਆ, ਕਿਸ ਤਰ੍ਹਾਂ ਦਾ ਖਾਣਾ ਅਤੇ ਕੀ ਤੁਸੀਂ ਪੀਣਾ, ਅਤੇ ਕਿਸ ਤਰ੍ਹਾਂ ਕਿਹੜੀ ਫਾਰਮਿੰਗ ਤੁਸੀਂ ਕਰ ਸਕਦੇ ਆ, ਕਿਹੜੀ ਨਹੀਂ ਕਰ ਸਕਦੇ। ਉਹ ਇੱਕ ਮਤਲਬ ਕਿ ਸੰਦਰਭ ਨੂੰ ਰੱਖ ਕੇ ਫਾਲਸ ਜਿਹੜੇ ਝੂਠੇ ਵਾਰਤਾਲਾਪ ਉਭਾਰਨੇ ਨੇ ਉਹਨਾਂ ਨੂੰ ਫਿਰ ਤੁਸੀਂ ਗਲੋਰੀਫਾਈ ਕਰਨਾ ਹੈਗਾ, ਉਹਦੇ ਨਾਲ ਹੀ ਤੁਸੀਂ ਆਪਣਾ ਰਾਜ ਭਾਗ ਚਲਾਉਣਾ। ਤੁਸੀਂ ਦੇਖ ਲਓ ਇੰਡੀਆ ਦੀ ਇਕੋਨਮੀ ਦਾ ਕੀ ਹਾਲ ਆ, ਤੁਹਾਡੇ ਜਿਹੜੇ ਫੋਰਨ ਰਿਜ਼ਰਵਸ ਨੇ ਉਹ ਬੁਰੀ ਤਰ੍ਹਾਂ ਮਤਲਬ ਕਿ ਸਲੰਪ ਕਰ ਰਹੇ ਆ। ਤੁਸੀਂ ਪੰਜਾਬ ਦੀ ਇਕੋਨਮੀ 'ਚ ਦੇਖ ਲਓ, ਇੱਥੇ 2.5 ਲੱਖ ਰੁਪਇਆ ਹਰ ਘੰਟੇ ਦਾ ਇਹ ਪ੍ਰੋਪਾਗੈਂਡਾ ਅਤੇ ਪਬਲਿਕ ਰਿਲੇਸ਼ਨਸ 'ਤੇ ਲਾ ਰਹੀ ਆ ਸਰਕਾਰ।
दूजे पासे आपां देख रहे हैं कि करजा चक के करजा मोड़े उहदियां किश्तां मोड़ियां जा रही ने, पंजाब बैंकरप्सी वल वध रहा जी। आह हालत है, रिजर्व बैंक ऑफ इंडिया का भी इन्हां वल्लों इन्होंने कौशन किया गया, वॉर्निंग दिती गई है कि जे तुसी मैनेज अपने इकोनमी नूं ऐ मैनेज करते रहे तो कोई थोनू अगे तो करजे मिलने भी बंद हो जाएंगे, क्योंकि मंडी बोर्ड दे बहुत अदारे इन्होंने जिहड़े आ अंडर डैप्ट ने, उन्होंने गिरवी रखिया होया, उन्होंने थां ते पैसे चके हुए आ, चाहे मार्क फैड लै लो, तुसी बिजली बोर्ड लै लो, 50 करोड़ रुपए की रोज़ वो मुफ्त बिजली वंड रहा। ये इशू तो आगा कि साडे बिजली दे जिहड़े रेट्स ने पर यूनिट उन्होंने घटाया जाए, जिहड़े वादे करते भी जिहड़े पिछले छड़ के गई आ लैगसी अकाली दल गवर्नमेंट के एडे वड्डे पावर प्रोजेक्ट साडे अगे कॉन्ट्रैक्ट खड़े कर गए, जिहड़े कि जिन्हां दे भावें उह चलण भी ना तां वी उन्हां नूं आपां कई गुणा ज़्यादा उन्हां दे मुल मोड़ने हैगे, उह भार किहदे ते पैणा, आखिरकार तां आपां टैक्सपेयर्स आ यार, वी हैव टू पे फॉर इट। इन्हां इशूज़ नूं क्लाउड करन लई इत्थें सूरी अर्गे वरतारे जां बाकी दूजियां कौमां 'च वी इस तरह के सैल्फ कस्टोडियंस खड़े किए जा रहे हैं, फिर उन्होंने ग्लोरीफाई किया जाता, मीडिया का बैकअप किया जाता है, ताकि लोग उस सबकॉन्शियसली उन्होंने नैरेटिव के ही बुने रहन जो एडवर्ड बारनेस कह रहा है। अच्छा, जो असं ये देखते हैं कि पहला शुरुआत गलबात हुई कि अमृतपाल आए पंजाब के, उन्होंने इस तरह पोर्ट्रे किया गया कि जी ये हुण वायलेंस लैके आउणगे पंजाब दे विच, पंजाब दे यूथ नूं भड़काउणगे ते पंजाब च खालिस्तान की मंग दोबारा चकणगे। उस तो बाद असीं देखते हैं कि वह हरियाणा के लोगों नूं भी मिलते हैं, वह हरियाणा के लोगों की भी गल करते, वह कहिंदे कि असीं मिल के असीं पुराना पंजाब इकट्ठा करना है, असीं जिहड़ा पंजाब नूं तोड़न की कोशिश हो रही थी उहनूं असीं टुट्टण नहीं देना। तो कित ना कि अमृतपाल के बयान के बोलों के भी थोड़ा बदल दिख रहा है, थोड़ा बदलाव दिख रहा है कि वो किड़े तरीके अगे राजनीति दे आ सकते हैं या राजनीति दे नेड़े हो सकते हैं या पंजाब दे किसी ना किसी तरीके लोगों पर प्रभाव बना के रखना चाहते हैं, की लगता थानू? ये है ना भी नई, मेरा तो यह ख्याल है भी नई सुबह पर नज़र है, मगर आ ये भी डर है, नवी सुबह च डर भी है। ये शहर भी रफ्ता रफ्ता, ये शहर भी रफ्ता रफ्ता कहीं शाम तक ना पहुँचे, कित चानण दिखाते दिखाते नेरिया च ना तक लिए, डर भी है नाले। ये तो है ऑफकोर्स। तो पंजाब नूं हुण जे असीं गल करिए कि पंजाब के नौजवानों नूं खासकर जे सही असीं राह दिखाउणा है तो की लगता है कि कोई यहोजी मूवमेंट कुकी गिल वालों चलाई जा सकती है, कोई यहोजी कोशिशा दोबारा कीतिया जा सकदियां कि पंजाब के नौजवानों मुंडे कुड़ियां कोई सीधा राह चानण दिखाया जा सके? मेरी तो मतलब कि लास्ट यही अपील हैगी है कि एक लाइफ का पहले मीनिंग समझो, वट इज़ द मीनिंग ऑफ लाइफ, फिर यह जानने की कोशिश करो कि किस तरह मैं जो स्किल्स स्कूल्स दे विच यूनिवर्सिटीज़ दे विच कॉलेजेस दे विच एक्वायर कीतियां ने हासिल कीतियां ने उन्हां नूं फर्दर आपां अगे तोरदे हां यूज़ करके अपने आप नूं सैल्फ एजुकेट कीता जावे ताकि तुसी जिहड़े हैगे रियलिटी चैक्स दे वांगू अगे वध सको ते ताकि अल्टीमेटली जिहड़ा गोल आ मेरा वह हैगा कि एवरीबॉडी शुड नो कि वट इज़ द मीनिंग ऑफ लाइफ लिबर्टी एंड परस्यूट ऑफ हैप्पीनैस, कि किमें जिंदगी आ, किमें आज़ादी आ, तो किमें आप हरिया भरिया अपना समाज तो अपने आप नूं रखना। ये मीनिंग्स जिहड़े ने, मैं ये काफला लैके अज दा नहीं चल रहा, मैं 2005 दी जद दा मैं बाहर आया 2004 च, मैं यूथ नाल इंटरैक्शन करता है, स्पोर्ट्स लैवल पर भी करता है, उन्होंने उन्हां दी लाइफ बारे भी गलबात करता है, मैं सैवरल थावां ते मैं जाके बोलिया भी आ पब्लिक प्लेटफॉर्म्स ते, उत्थे भी मैं आही इशूज़ उठाए ने, मैं ईवन इंडिया दे नामी बास्केटबॉल दे प्लेयर जिहड़े इंडियन नैशनल टीम दे मैंबर रहे मैं उन्हां नूं ट्रेन कीता हैगा, इस तरह मैं टैनिस दे विच बच्चे ट्रेन कीते ने क्योंकि मेरे कोल इंडियाना यूनिवर्सिटी का डिप्लोमा पर्सनल ट्रेनर का फस्ट क्लास मेरे को हैगा, वो चीज़ां दे राही
मैं इन्ना लम्मा सफ़र जरा तनहाई का बड़ा संजीदगी ना तो बड़ा आनंद ना कटिया आ जे थोड़े को टूल्स जो मेरे को जड़े मैं स्कूलों चो हासिल किए यूनिवर्सिटी हासिल किए उन्होंने मैनों हैल्प किया कि मैं किमें अपने आप को सस्टेन रखना है किमें अपने आप को फोकस्ड रखना है तो यही चीज़ मैं भालदा कि जरा साडा यूथ आ पंजाब का इररिस्पैक्टिव ऑफ चाहे वह किहड़े धर्म का जां की हैगा ये है ना एक गल यह भी नवदीप देखने वाली है कि जदों धर्म का पछावा ज़्यादा डूंगा हो जाए किसी भी बच्चे उत्ते जदों बच्चे नूं इन्नी हजे कंसैप्ट डिवेलप नहीं हुई कि रीजनिंग की होंदी है विदाउट डिवेलपिंग ए कंसैप्ट कंसैप्ट ऑफ रीजनिंग उस चीज़ का मतलब नहीं पता आप ठोसी जाने चीज़ तो उस टाइम पर कन्फ्यूजन क्रिएट होनी होनी जे बैटरमेंट रखनी आ तो लैट द चाइल्ड डिवेलप दैट टाइप ऑफ मच्योरिटी कि जिथे वह रीजनिंग करन दे काबल हो सके ता उस तो बाद उस समझ दे काबल होगा कि मैं किस राह ते चलना हथियारों तो पहला किताबों नाल जोड़न दी गल करनी है कलम तो हमेशा एक बहुत मेजर पार्ट रहा किसी भी जिहड़ा रेवोल्यूशन जिथे भी आया चाहे तुसी जदों आ सर्वे कराई सी BBC ने 2020 दे विच के केड़ा पिछले सेंचुरीज दा सारना वड्डा पब्लिक स्टेट्समैन जां पब्लिक लीडर मन्या जांदा तो चलो पहले नंबर पर महाराज रणजीत सिंह तो सीगे जिहड़े सैकंड नंबर पर बंदा आया सी आर्बरालो कारबैलो सीगा जिहड़ा कि गिनी का स्टूडेंट लीडर होया एमरियल कैबरालो नहीं वो गिनी एक उदा का मुल्क हैगा 1974 उन्होंने पुर्चगाल तो आज़ादी मिली सी वो आज़ादी सारे ना पहला अफ्रीका का कंट्री सीगा जिथे कलोनियल रूल ख़त्म होया सी उन्हें अपनी जिहड़ी शिक्षा सी पहले किवें ग्रहण की उन्हें पहले अपने उत्थे गिनी च पढ़िया फिर उन्हें पुर्चगाल जाके अपनी ग्रैजुएशन की फिर जर्मनी च पढ़िया उस तो बाद वो अपने मुल्क चला गया उत्थे ट्राइबल कबीलिया का मुल्क उन्हें उत्थे जाके सारिया ट्राइब्स नूं एक दूजे नाल जोड़िया स्टूडेंट्स दे विच अपलिफ्टमेंट उन्हें पैदा की आप ही वह यंग सीगा तो मेरा ख्याल 31-32 साल का सी उन्हें इन्ना क संदर्भ बिल्ड करता सी कि पुर्चगाल नूं मजबूर करता सी कि उत्थों जिहड़ा हैगा कि उस कंट्री नूं उन्हां नूं आजादी देनी पई सी पर उन्हूं 8 महीने पहले पुर्चुगीज़ की जिहड़ी इंटैलीजेंस सी उन्होंने उन्हूं असैसीनेट करता सी पर अज भी दुनिया च जदों सर्वे हुई है BBC की तो उन्हूं सैकंड नंबर का मोस्ट मतलब कि लीडरशिप के रोल में एक उन्हूं दर्जा मिलिया सी ईवन बिगर दैन अब्राहम लिंकन जां तुसी ला लो अपने चर्चिल हुनी ने होर लीडर ईवन नेल्सन मंडेला वो भी एक अपने आप च आईकॉन सी पर यह बंदा कारबरैलो एक स्टूडेंट क्यों ये मैं तो एम्फसाइज कर रहा कि यह स्टूडेंट पॉलिटिक्स विच्चों निकल के इन्हें एक दुनिया नू नवा तजर्बा दिता सी जरूरी ने किताबां ते किताबां दे विच जो लिखिया इस तरीके नाल असीं होर भी चर्चा करते रहांगे होर इंपोर्टेंट इशूज़ ते गल करांगे बहुत बहुत धन्यवाद सर तुहाडा थैंक यू सो मच नाइस मीटिंग तुसीं देखते रहो पंजाब टूडे सत श्री अकाल